ਕਾਰਨ ਕੀ ਹੈ? ਕਾਰਨ ਕਿਸੇ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮਤਲਬ ਕਿ ਅੱਗੇ ਨਹੀਂ ਦਿਖਿਆ ਜੀ, ਅਤੇ ਇਸ ਕਰਕੇ ਮਤਲਬ ਕਿ ਗੱਡੀ ਵਿੱਚ ਲੱਗੀ। ਇਹ ਬੱਸ ਦਾ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ, ਅਤੇ ਅਰਾਊਂਡ 18-19 ਪੇਸ਼ੈਂਟਸ ਆਏ ਸਾਡੇ ਕੋਲ। ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ, ਬਾਕੀ ਸਾਰੇ ਮਾਈਨਰ ਨੇ। ਬਾਕੀ ਮਾੜੀ ਮੋਟੀ ਲੱਗਣਾ ਹੀ ਨੇ, ਬਾਕੀ ਸਾਰੇ ਠੀਕ ਨੇ। ਇੱਕ ਦਿਨ ਜ਼ਿਆਦਾ ਲੱਗ ਗਈ ਸੀ, ਪਰ ਫਿਰ ਵੀ ਉਹ ਕੌਨਸ਼ੀਅਸ ਸੀਗਾ ਫਿਰ ਫਿਲਹਾਲ। ਕੀ ਨਾਮ? ਡਾਕਟਰ ਮਨਪ੍ਰੀਤ ਕੌਰ। ਜਿਹੜਾ ਹੁਣ ਪੇਸ਼ੈਂਟ ਆਇਆ, ਕਿੰਨੇ ਪੇਸ਼ੈਂਟ ਆਇਆ ਤੇ ਕੀ ਹੋਇਆ? ਇਹ ਬੱਸ ਦਾ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ, ਤੇ ਅਰਾਊਂਡ 18-19 ਪੇਸ਼ੈਂਟਸ ਆਏ ਨੇ ਸਾਡੇ ਕੋਲ। ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ, ਬਾਕੀ ਸਾਰੇ ਮਾਈਨਰ ਨੇ। ਬਾਕੀ ਮਾੜੀ ਮੋਟੀ ਰਗੜਾ ਹੀ ਨੇ, ਬਾਕੀ ਸਾਰੇ ਠੀਕ ਨੇ। ਇੱਕ ਦਿਨ ਜ਼ਿਆਦਾ ਲੱਗ ਰਹੀ ਸੀ, ਪਰ ਫਿਰ ਵੀ ਉਹ ਕੌਨਸ਼ੀਅਸ ਸੀਗਾ ਫਿਲਹਾਲ। ਐਜ ਸੱਚ ਕਾਊਂਟ ਨਹੀਂ ਕੀਤਾ, ਫੀਮੇਲਸ ਵੀ ਸੀਗੀਆਂ ਵਿੱਚ, 3-4 ਫੀਮੇਲਸ ਵੀ ਹੋਣਗੀਆਂ ਵਿੱਚ। ਫਾਸਟ ਡਰਾਈਵਿੰਗ ਕਹਿ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀਗੀ, ਮੇ ਬੀ ਫੌਗ ਦਾ ਵੀ ਹੋ ਸਕਦਾ ਹੈ। 18 ਸਾਲ ਤੋਂ ਘੱਟ ਵੀ ਹੈ ਕੋਈ? ਨਹੀਂ, 18 ਤੋਂ ਘੱਟ ਕੋਈ ਨਹੀਂ ਹੈ, 20 ਦੇ ਆਸ-ਪਾਸ ਨੇ ਸਾਰੇ। ਜਿਹੜਾ ਸੀਰੀਅਸ ਉਹਨੂੰ ਕੋਈ ਰੈਫਰ ਕਰ ਰਹੇ ਹਾਂ? ਹਾਂਜੀ, ਰੈਫਰ ਕਰ ਰਹੇ ਹਾਂ ਆਪਣੇ 32 ਸੈਕਟਰ ਹਸਪੀਟਲ ਚੰਡੀਗੜ੍ਹ। ਕੀ ਨਾਮ ਜੀ? ਮੇਰਾ ਨਾਮ ਬਲਜੀਤ ਹੈ ਜੀ। ਬਲਜੀਤ ਜੀ, ਜਿਹੜੀ ਬੱਸ ਆ ਇਹ ਕਿੱਥੋਂ ਤੋਂ ਕਿੱਥੇ ਜਾ ਰਹੀ ਸੀ? ਇਹ ਮੰਨ ਲਓ ਚਹਿਲਾਂ ਤੋਂ ਮੰਨ ਲਓ ਕਿ ਫੈਕਟਰੀ ਨੂੰ ਜਾ ਰਹੀ ਸੀਗੀ ਜੀ। ਕਿਹੜੀ ਫੈਕਟਰੀ ਸੀ? ਇਹ ਜੀ ਆਪਣੀ ਮਿੱਤਲ ਫੈਕਟਰੀ ਕੋਲ ਜੀ ਜਾ ਰਹੀ ਸੀ। टोल टैक्स के पास हुआ है। कैसे हुआ? गाड़ी तेजी में चला रहा था, मोड़ था, वहीं मोड़ने में पलट दिया। पहले भी इसी गाड़ी में जाते हैं? हाँ, पहले नया गाड़ी लगा था। और जब टाइम कितने बजे की घटना है? हम लोग 7:15 बजे के लपेट हम लोग फैक्ट्री से निकले थे। कितने बंदे थे? बंदे तो बहुत काफी थे, कई 39-40 आदमी। कारण क्या हुआ? कारण साहब हम लोग को क्या पता, हम लोग तो ड्यूटी से छूटे और मास में बैठ के जा रहे थे। अब कारण क्या था वो तो